ਹੋਈ ਹੈ ਸਭ ਦਾ ਵੱਡਾ ਧੰਨਵਾਦ ਕਰਦੇ ਹਾਂ ਸਿਆਣੇ ਕਹਿੰਦੇ ਕੋਈ ਸਾਰਿਆ ਸੜਕ ਕਿਨਾਰੇ ਤੇ ਕੋਈ ਕਰਦਾ ਚੁਬਾਰੇ ਤੇ ਕੋਈ ਤਰਸੇ ਵੇ ਟੁੱਕਰ ਨੂੰ ਕੋਈ ਪੀ ਕੇ ਚੱਪੇ ਕੁੱਕੜ ਨੂੰ ਕਿਤੇ ਭੁੱਖੇ ਨਿਆਣੇ ਸੁੱਤੇ ਨੇ ਕਿਤੇ ਲੁੰਘ ਪੀਣ ਨੂੰ ਕੁੱਤੇ ਨੇ ਕਿਤੇ ਨੰਗਾ ਕੰਬੇ ਰਾਹਾਂ ਤੇ ਕਿਤੇ ਕੰਬੇ ਗੋਡਣੇ ਬਾਹਾਂ ਤੇ ਕਿਤੇ ਕਿਨਾਰੇ ਹੁੰਦੇ ਨੇ ਰਿਸ਼ਵਤ ਨਾਲ ਕਿਨਾਰੇ ਹੁੰਦੇ ਨੇ ਮੈਂ ਸੰਗਦਾ ਤੈਨੂੰ ਦੱਸਾਂ ਤਾਂ ਤੇਰੇ ਸਾਹਮਣੇ ਸਾਰੇ ਹੁੰਦੇ ਨੇ ਕਦੀ ਬੰਦਾ ਬਣ ਕੇ ਆ ਰੱਬਾ ਤੈਨੂੰ ਦੁੱਖ ਸੁਣਾਉਣਾ ਚਾਹੁੰਦਾ ਹਾਂ ਇਸੇ ਗੱਲ ਦੀ ਖਾਤਰ ਤੈਨੂੰ ਦੁਨੀਆਂ ਤੇ ਬੁਲਾਉਣਾ ਚਾਹੁੰਦਾ ਹੈ ਇਹ ਉਹ ਬੰਦੇ ਆ ਜਿਨ੍ਹਾਂ ਨੇ ਵੱਡੀਆਂ ਮਿਹਨਤਾਂ ਕੀਤੀਆਂ ਨੇ ਛੋਟੀ ਉਮਰ ਦੇ ਵਿੱਚ ਵੱਡੇ ਨਾਵੇਂ ਖੱਟੇ ਆ ਉਹਨੇ ਮਨ ਸਿਰੇ ਦੇ ਇੱਕ ਪਾਸੇ ਮੌਸਮ ਖੱਤਰੀ ਆ ਆਹ ਦੂਸਰੇ ਪਾਸੇ ਅਜੇ ਬਾਰਨ ਚੜ੍ਹਦੀ ਬੇਸ ਦਾ ਮਲ ਹੈ ਔਰ ਕੋਈ ਬਹੁਤ ਟਾਪ ਦੀਆਂ ਕੁਸ਼ਤੀਆਂ ਲੜਦੇ ਨੇ ਦੋਨੇ ਅਗਲੀ ਕੁਸ਼ਤੀ ਹੈਡਮ ਜਾਰਜੀਆ ਤੇ ਗੌਰਵ ਮਾਛੀਵਾੜਾ 2 ਮਿੰਟ ਚ ਜਲਦੀ ਨਾਲ ਖਾਣੇ ਵਿੱਚ ਆ ਜਾਣ ਹੈਡਮ ਜਾਰਜੀਆ ਤੇ ਗੌਰਵ ਮਾਛੀਵਾੜਾ ਹਾਂਜੀ ਉਹਨਾਂ ਤੋਂ ਬਾਅਦ ਸਾਬਾ ਕੁਆਰੀ ਤੇ ਕਮਲ ਜੀ ਜੂਮਚੜੀ ਤਿਆਰ ਬਾ ਤਿਆਰ ਰਹਿਣ ਤੇ ਮਾਈਕ ਤੇ ਟੇਬਲ ਦੀ ਗੱਲ ਬਤਾਣਾ ਸਰਦਾਰ ਹਰਭਜਨ ਸਿੰਘ ਦੀ ਆਈਜੀ ਸਾਹਿਬ ਕਾਮੇ ਤੋਂ ਗੋਡਿਆਂ ਨੂੰ ਵੀ ਤੇ ਧੰਨਵਾਦ ਕਰਦੇ ਹਾਂ ਸਰਦਾਰ ਹਰਭਜਨ ਸਿੰਘ ਦੀ ਆਈਜੀ ਸਾਹਿਬ ਇਹਦੇ ਸਾਡੇ ਲੱਕੀ ਬਾਬਾ ਜੀ ਵੀ ਆ ਕੇ ਪੁੱਜ ਗਏ ਨੇ ਖੰਡਾ ਜੀ ਫੜਕੜ ਕਲਾਂ ਤੋਂ 21 ਤਰੀਕ ਨੂੰ ਸੱਦੇ ਪੱਤਰ ਦਿੱਤੇ ਜਾ ਰਹੇ ਆ ਕਬੱਡੀ ਦਾ ਮਹਾਕੁੰਭ ਹੋਵੇਗਾ ਤੇ ਬੈਸਟ ਰੇਡਰ ਜਾਫੀ ਨੇ ਵੀ ਮੋਟਰਸਾਈਕਲ ਹੋਣਗੇ 21 ਤਰੀਕ ਨੂੰ ਖੜਕੜ ਕਲਾਂ ਦੇ ਵਿੱਚ ਵੱਡੇ ਪੱਤਰ ਦਾ ਸ਼ੇਰ ਮਿਲਦਾ ਤਾਂ ਉਹ ਕਹਿੰਦੇ ਵੀ ਕੁਸ਼ਤੀਆਂ ਬੜੀਆਂ ਜ਼ਬਰਦਸਤ ਜਿਹੜੀਆਂ ਅਖਾੜੇ ਵਿੱਚ ਇਸ ਵੇਲੇ ਚੱਲ ਰਹੀਆਂ ਹੈ ਆਪਾਂ ਵੇਖਦੇ ਵੀ ਮੱਲਾਂ ਦੇ ਹੱਥ ਜੁੜ ਗਏ ਆ ਉਸਤਾਦ ਜੀ ਅਕਸਰ ਕਹਿੰਦੇ ਹੁੰਦੇ ਪ੍ਰੋਫੈਸਰ ਮੱਖਣ ਸਿੰਘ ਜੀ ਵੀ ਉਡਾਰੀ ਭਰਨੀ ਸਿੱਖੀਏ ਤੇ ਬਾਜ ਤੋਂ ਸਿੱਖੀਏ ਪੰਜਾਂ ਲਾਉਣਾ ਸਿੱਖੀਏ ਤੇ ਸ਼ੇਰ ਤੋਂ ਸਿੱਖੀਏ ਲਓ ਸ਼ੇਰਾਂ ਵਰਗੇ ਗੱਭਰੂ ਅੱਜ ਆਪਸ ਵਿੱਚ ਪੰਜੇ ਲੜਾ ਰਹੇ ਆ ਆਪਾਂ ਵੇਖਦੇ ਵੀ ਮੈਦਾਨ ਦੇ ਵਿੱਚ ਮੌਸਮ ਖੱਤਰੀ ਤੇ ਅਜੇ ਵਰਨ ਦੇ ਦਰਮਿਆਨ 1.25 ਲੱਖ ਤੇ ਜਿਹੜੀ ਕੁਸ਼ਤੀ ਚੱਲਦੀ ਹੈ ਪੈਨਸਾ ਨਗਰ ਦੇ ਵਿੱਚ ਤੇ ਦੁਆਬਾ ਟੀਵੀ ਦੇ ਜ਼ਰੀਏ ਦੁਨੀਆ ਜੁੜ ਗਈ ਹੈ ਤਕਰੀਬਨ ਮੈਨੂੰ ਲੱਗਦਾ ਵੀ 1 ਲੱਖ ਤੋਂ ਬੰਦਾ ਇਸ ਵੇਲੇ ਜੁੜਿਆ ਹੋਇਆ ਹੈ ਐਨ ਕਹਿੰਦੇ ਦੁਆਬਾ ਟੀਵੀ ਤੇ ਵੀ ਆਨੰਦ ਮਾਣਦਾ ਅੱਜ ਦੇ ਦੰਗਲ ਦੇ ਨਾਲ ਲੈ ਵੀ ਮੰਨੇ ਬਾਹਰਵਾਲ ਵਾਲੇ ਵੀ ਰਾਣਾ ਵੀ ਮਾਣ ਕਰਦਾ ਵੀ ਨੌਜਵਾਨ ਫਟੀਆਂ ਕੁਸ਼ਤੀਆਂ ਲੜਦਾ ਪਰ ਅੱਜ ਫਟੇ ਵੱਲੋਂ ਤਾਪੇਜ ਮਾਰ ਕੇ ਵਿਖਾਓ ਕੁਸ਼ਤੀ ਦਾ ਫੈਸਲਾ ਆਰ ਪਾਰ ਦਾ ਲਿਆ ਜਾਵੇਗਾ ਮੌਸਮ ਖੱਤਰੀ ਦੇ ਅਜੇ ਵਰਨ ਦੇ ਦਰਮਿਆਨ ਉਧਰਲੇ ਪਾਸੇ ਵੀ ਯੁੱਧ ਯੁੱਧ ਇੱਧਰ ਕਹਿੰਦੇ ਮਾਰਿਆ ਫਿਲਟਰ ਵੀ ਕਦੀ ਵੇਲੇ ਕੰਮ ਕਰ ਜਾਂਦਾ ਮਾਰਿਆ ਫਿਲਟਰ ਵੀ ਕਈ ਵਾਰੀ ਕੰਮ ਕਰ ਜਾਂਦਾ ਇਹ ਵੀ ਨੌਜਵਾਨੋ ਤਾਪੇਜ ਦੀ ਕੁਸ਼ਤੀ ਢਹਿਣ ਵੀ ਇਹਦੀ ਆਰ ਪਾਰ ਦੀ ਕੁਸ਼ਤੀ ਹੋਊਗੀ ਹੈਡੋ ਚੌਧਰੀਆ ਆ ਗਿਆ ਮੱਲ ਹੈਡੋ ਚੌਧਰੀਆ ਤਿਆਰ ਹੋ ਗਿਆ ਸਾਬਾ ਪਹਾੜੀ ਦੇ ਕਮਲ ਜੀ ਦੇ ਰੂਮ ਚ ਵੀ ਜਲਦੀ ਨਾਲ ਤਿਆਰੀ ਕਰ ਦੇਣ ਮਿਹਰਬਾਨੀ ਕਰਕੇ ਬੇਨਤੀ ਹੈ ਸਿਰੇ ਦੀਆਂ ਕੁਸ਼ਤੀਆਂ ਹੁਣ ਤੱਕ ਹੋਈਆਂ ਨੇ ਆ ਮੱਠਾ ਇਸ ਵੇਲੇ ਕਹਿੰਦੇ ਬਾਹਰ ਵਾਲੇ ਦੇ ਦੂਸਰੇ ਪਾਸੇ ਜਸਵੀਰ ਹੈ ਮੇਰੀ ਵਾਲਾ ਸਿਰੇ ਦੀ ਕੁਸ਼ਤੀ ਚੱਲਦੀ ਆ ਬਈ ਨਾ ਤੁਸ ਮੰਨ ਵਾਲੀ ਗੱਲ ਹੈ ਉਧਰਲੇ ਪਾਸੇ ਕਹਿੰਦੇ ਪਰਲੇ ਪਾਸੇ ਲਾਓ ਕਹਿੰਦੇ ਅਜੇ ਬਾਅਦ ਪੂਰੀ ਤਿਆਰੀ ਕਰਦਾ ਹੈ ਮੌਸਮ ਕੱਤਰੀ ਵੀ ਕਹਿੰਦੇ ਸਮੇਂ ਦਾ ਨਾਮੀ ਮੱਲ ਹੈ ਪਰ ਆ ਤੇ ਮੈਂ ਪਾ ਥੋੜਾ ਮੈਂ ਬੇਨਤੀ ਕਰਦਾ ਵੀ ਸਾਬਾ ਪਹਾੜੀ ਜਲਦੀ ਨਾਲ ਤਿਆਰੀ ਕਰੇ ਕਮਲ ਜੀ ਕਿਉਂ ਛੋੜੀ ਮੈਂ ਪਾ ਥੋੜਾ ਕੁਸ਼ਤੀਆਂ ਸਵੇਰ ਦੀਆਂ ਜਿਹੜੀਆਂ ਚੱਲਦੀਆਂ ਹੋਈਆਂ ਹਲ ਤਾਪ ਵਿੱਚ ਮਾਰਨੇ ਗਏ ਐਨ ਕੁਝ ਕੁਝ ਹੋਈ ਪਈ ਆ ਤੇ ਮੂਹਰੇ ਖੜ ਕੇ ਹੌਸਲਾ ਕਰਕੇ ਭੁੱਤਿਆ ਸਾਧ ਸਿੰਘਾਂ ਤੋਂ ਫੜ ਕੇ ਹੁੰਦਾ ਕਿਸੇ ਨੂੰ ਬਲ ਲਾ ਕੇ ਬੀਬੀ ਥੱਲੇ ਦੇਖਣ ਦਾ ਰਾਜੇ ਕਹਿੰਦੇ ਅਰਗ ਪੰਜਾਬੀ ਜਿਗਰਾ ਰੱਖਦੇ ਖੇਡਣ ਦਾ ਖੇਡਣਾ ਜਿਹੜਾ ਵੱਡੇ ਮਾਣ ਵਾਲੀ ਗੱਲ ਹੈ ਫਿਰ ਜਾ ਕੇ ਗੱਲਾਂ ਬਣਦੀਆਂ ਨੇ ਜਿਗਰਾ ਚਾਹੀਦਾ ਹੌਸਲਾ ਚਾਹੀਦਾ ਫਿਰ ਕਹਿੰਦੇ ਨਿਰਮਤਾ ਚਾਹੀਦੀ ਹੈ ਫਿਰ ਜਾ ਕੇ ਵੱਡਾ ਨਾਮ ਬਣਦਾ ਮੈਂ ਬੇਨਤੀ ਕਰਦਾ ਵੀ ਸਾਬਾ ਕੁਹਾਲੀ ਤੇ ਕਮਲ ਜੀ ਗੁੰਮ ਚੜੀ ਤਿਆਰੀ ਕਰ ਲੈਣ ਵਾਹ ਜੀ ਵਾਹ ਕੁਸ਼ਤੀਆਂ ਬੜੀਆਂ ਪਿਆਰੀਆਂ ਹੈ ਕੀ ਆ ਗਏ ਨੇ ਮੰਨ ਲਓ ਵੇਖੋ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ ਜਿਹਨਾਂ ਬੋਡੀਆਂ ਸ਼ਿੰਗਾਰੀਆਂ ਜੋਰ ਲੱਗੂ ਚੋਟੀ ਅੱਡੀ ਦਾ ਉਹ ਵੱਖਰਾ ਨਜ਼ਾਰਾ ਛਿੰਝ ਤੇ ਕੌਡੀ ਦਾ ਉਹ ਵੱਖਰਾ ਨਜ਼ਾਰਾ ਮੇਰੀ ਵੀਡੀਓ ਛਿੰਝ ਤੇ ਕੌਡੀ ਦਾ ਇਹ ਵੱਖਰਾ ਨਜ਼ਾਰਾ ਹੈ ਇਧਰਲੇ ਪਾਸੇ ਆਪਾਂ ਵੇਖਦੇ ਵੀ ਕੁਸ਼ਤੀ ਦੇ ਸ਼ੌਕੀਨ ਬੜੀ ਦੂਰੋਂ ਦਰਾਜੇ ਪੁੱਜੇ ਮੈਂ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦਾ ਵੀ ਕੁਸ਼ਤੀ ਦੇ ਸ਼ੌਕੀਨ ਬੜੀ ਦੂਰੋਂ ਦਰਾਜੇ ਪੁੱਜੇ ਆ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਹੈ ਤੇ ਉਧਰ ਕਰਨੀ ਵੀ ਵੀ ਜਿਹੜੀ ਕੁਸ਼ਤੀ ਹੈ ਨਾ ਐਡੋ ਜਾਰਜੀਆ ਤੇ ਗੌਰਵ ਮਾਛੀ ਵਾਲੇ ਦੇ ਦਰਮਿਆਨ ਹੋਣੀ ਹੈ ਇਹ ਵੀ 1.25 ਲੱਖ ਦੇ ਕਹਿੰਦੇ ਕੁਸ਼ਤੀ ਹੋਣੀ ਹੈ ਇਹ ਵੀ 1.25 ਲੱਖ ਦੀ ਕੁਸ਼ਤੀ ਹੋਣੀ ਹੈ ਤੇ ਮੱਲਾਂ ਨੂੰ ਬੇਨਤੀ ਆ ਵੀ ਗੌਰਵ ਮਾਛੀ ਵਾਲਾ ਉਹ ਵੀ ਤਿਆਰੀ ਕਰਕੇ ਸਾਰੇ ਵਿੱਚ ਆ ਜਾਵੇ ਹਾਂਜੀ ਮੈਂ ਇੱਕ ਬੇਨਤੀ ਕਰਦਾ ਵੀ ਅੱਜ ਦੀ ਛੋਟੀ ਕੁਸ਼ਤੀ ਚੱਲਦੀ ਹੈ ਕਮੇਟੀ ਵੱਲੋਂ ਬੇਨਤੀ ਵੀ ਟਾਈਮ ਦੇ ਕੇ ਸਮਾਪਤ ਕਰ ਦਿਓ ਉਧਰਲੇ ਪਾਸੇ ਕਹਿੰਦੇ ਕੁਸ਼ਤੀ ਸ਼ਾਮੀ ਵਾਲੀ ਚੱਲਦੀ ਹੈ ਤੇ ਆ ਮੰਨੇ ਵਾਲੀ ਚੱਲਦੀ ਹੈ ਤਿੰਨ ਕੁਸ਼ਤੀਆਂ ਚੱਲਦੀਆਂ ਨੇ ਤੇ ਆ 1 ਨੰਬਰ ਦੀ ਕੁਸ਼ਤੀ ਜਿਹੜੀ ਚੱਲਦੀ ਹੈ ਪਹਿਲੀ ਗੌਰਵ ਲੇਟ ਆ ਬਾਈ ਤੂੰ
ਹਰ ਮੱਛੀਵਾੜੇ ਨੂੰ ਬੇਨਤੀ ਆ ਵੀ ਲੇਟ ਆ ਬਾਈ ਟਾਈਮ ਆ ਬੇਨਤੀ ਆ ਸਾਡੀ ਸਮੁੱਚੀ ਟੀਮ ਦੇ ਵੱਲੋਂ ਸਾਰੀ ਗ੍ਰਾਮ ਪੰਚਾਇਤ ਦੇ ਵੱਲੋਂ ਸਮੁੱਚੇ ਨਗਰ ਨਿਵਾਸੀ ਬੈਂਸਾਂ ਦੇ ਵੱਲੋਂ ਵੀ ਇਹਨਾਂ ਨੇ ਇੱਕੋ ਇੱਕ ਬੇਨਤੀ ਕੀਤੀ ਵੀ 1 ਵਜੇ ਪੈੜ ਕੱਢਣਾ 5 ਵਜੇ 6:30 ਵਜੇ ਸਮਾਪਤੀ ਜਿਹੜੀ ਕਰ ਦੇਣੀ ਆਹੋ ਭਨੇ ਨਹੀਂ ਉੜੀਸਾ ਨੌਜਵਾਨਾਂ ਤੇਰੀਆਂ ਬੱਲੇ 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 ਉਹ ਬੈਂਸਾਂ ਵਾਲੇ ਸਵਾਲ ਦਾ ਤਾੜੀ ਮਾਰਦੇ ਜ਼ੋਰਦਾਰ ਤਾਂ ਸਾਂਝਾ ਦਾ ਪੈ ਗਿਆ ਸਾਂਝਾ ਦਾ ਪੈ ਗਿਆ ਪੰਜਾਬੀ ਵੀਰੋ ਇਹਨੂੰ ਕਹਿੰਦੇ ਨੇ ਜੰਗ ਬਲੰਗਾ ਜਿਹਾ ਬਣ ਗਿਆ ਤਾੜੀਆਂ ਜ਼ੋਰਦਾਰ ਮਾਰਦੇ ਕੋਈ ਜੰਗ ਬਲੰਗਾ ਜਿਹਾ ਬਣਿਆ ਹੋਇਆ ਬਾਕੀ ਸਿਰੇ ਦੀ ਚੱਲਦੀ ਆ ਲਾਲ ਸਾਹਮਣੇ ਕਹਿੰਦੇ ਆੜਤੀਆਂ ਦੇ ਸਾਹਣੇ ਵਾਂਗੂ ਇਕੱਠਾ ਕਰ ਦਿੱਤਾ ਮੰਨੇ ਨੇ ਹਰ ਕੁਸ਼ਤੀ ਸਿਰੇ ਦੀ ਚੱਲਦੀ ਹੈ ਕਰਮ ਨਹੀਂ ਨਹੀਂ ਪਤਾ ਕੋਈ ਨਹੀਂ ਅਜੇ ਕੁਸ਼ਤੀਆਂ ਦਾ ਆਪਾਂ ਨੂੰ ਵੀ ਬਹੁਤ ਸਵਾਦ ਆ ਰਿਹਾ ਇੱਕ ਕੁਸ਼ਤੀ ਜਿਹੜੀ ਵੇਖਣ ਯੋਗ ਹੋਈ ਹੈ ਐਨ ਵੇਖਣ ਯੋਗ ਹੋਈ ਹੈ ਦਰਸ਼ਕਾਂ ਦਾ ਦੂਰੋਂ ਦਰਾਜੇ ਪੋੜਿਆਂ ਦਾ ਨਾ ਮੁੱਲ ਮੁੜ ਗਿਆ ਅੱਜ ਕਹਿੰਦੇ ਮੁੱਲ ਮੁੜ ਗਿਆ ਕਿ ਚੰਗੇ ਕੰਮਾਂ ਵਿੱਚ ਲਾ ਤੂੰ ਜਿੰਦੇ ਆਪਣੀ ਮਾਰ ਮਿਹਨਤ ਦਾ ਤੂੰ ਮੱਲ ਸਟਾਰ ਬਣ ਜਾ ਜਿਹਦਾ ਦੰਗਲਾਂ ਵਿੱਚ ਕੂੜਾ ਨਾ ਚੱਲੇ ਮੱਲ ਪਰਮਿੰਦਰ ਡੂਮ ਛੇੜੀ ਜਿਹਾ ਤੂੰ ਸ਼ਾਨਦਾਰ ਬਣ ਜਾ ਛਾਤੀ ਕਰ ਚੌੜੀ ਸੋਨੂੰ ਦਿੱਲੀ ਦੇ ਵਾਂਗ ਬਿਰਜੀ ਦਿੱਲੀ ਵਾਂਗ ਅੱਗ ਦਾ ਅੰਗਿਆਰ ਬਣ ਜਾ ਵਾਂਗ ਕਮਰ ਲੱਡੂ ਤੇਰਾ ਵੀ ਨਾ ਚੱਲੋ ਉਸਤਾਦ ਨੂੰ ਮੰਨ ਕੇ ਤੂੰ ਰੱਬ ਮਿਹਨਤਾਂ ਦਾ ਯਾਰ ਬਣ ਜਾ ਸਾਹਮੇ ਕੁਹਾਰੀ ਜਿਹਾ ਵੱਖਰਾ ਰੋਬ ਰੱਖੀ ਕਿ ਪੰਮੇ ਦੇ ਵਾਂਗ ਤੂੰ ਤਾਕਤਵਾਰ ਬਣ ਜਾ ਉਹ ਸ਼ੇਰੇ ਗੈਰ ਮਜਾਰੀ ਦੁਨੀਆ ਮਿਸਾਲ ਦੇਵੇ ਕਹਿੰਦੇ ਸਾਹਮੇ ਕੁਹਾਰੀ ਜਿਹਾ ਤੂੰ ਸੁਪਰ ਸਟਾਰ ਬਣ ਜਾ ਕਮਲ ਡੂਬ ਛੇੜੀ ਜਿਹਾ ਤੂੰ ਸੁਪਰ ਸਟਾਰ ਬਣ ਜਾ ਅੱਜ ਕਹਿੰਦੇ ਸੁਪਰ ਤੇ ਡੁਬਰ ਮੱਲ ਪੁੱਜੇ ਹੋਇਆ ਜਿਹੜੀਆਂ ਕੁਸ਼ਤੀਆਂ ਆਉਣਗੀਆਂ ਉਹਦੇ ਨਾਲ ਦੀ ਰੀਸ ਨੇ ਤੇ ਪੀ ਕੇ ਆਦਰ ਕੇ ਦਰਸ਼ਨ ਨਾਲ ਆ ਜਾਊਗਾ ਸਵਾਦ ਮਿੱਤਰਾ ਦੁਨੀਆ ਤੇਰੀ ਸਿਫਤ ਕਰੂ ਬਣ ਜਾਊਗਾ ਜਦੋਂ ਤੂੰ ਸਟਾਰ ਮਿੱਤਰਾ ਸਟਾਰ ਬੰਦ ਲਈ ਵੱਡੀ ਮਿਹਨਤ ਚਾਹੀਦੀ ਆ ਹੱਡੋ ਜੋਰ ਜੀ ਆ ਬਿਲਕੁਲ ਪਿਆਰ ਬਾ ਪਿਆਰ ਆਵੇ ਗੌਰਵ ਮਾਛੀ ਵਾਲੇ ਨੂੰ ਹੱਥ ਜੋੜ ਕੇ ਬੇਨਤੀ ਮਾਲ ਆਵੇ ਸਾਬਾ ਗਵਾਲੀਆਂ ਬੇਨਤੀ ਵੀ ਦਾੜੀ ਹੋ ਜਾਵੇ ਔਰ ਕਮਲ ਜੀ ਡੂਬ ਛੜੀ ਅੱਜ ਕਹਿੰਦੇ ਸਿਰੇ ਦੀਆਂ ਕੁਸ਼ਤੀਆਂ ਨੇ ਅੱਜ ਸਮੁੱਚੇ ਨਗਰ ਵੱਡਾ ਮਾਣ ਜਿਹੜਾ ਦਿੱਤਾ ਜਾ ਰਿਹਾ ਨਵੇਂ ਸ਼ਹਿਰ ਦੀ ਧਰਤੀ ਹੈ ਕਿਤੇ ਜਿੱਥੇ ਤੁਸੀਂ ਮਾਣ ਦਿੱਤਾ ਹੈ ਅੱਜ ਸਮੁੱਚੇ ਨਗਰ ਦੇ ਵਿੱਚ ਬੈਂਸਾਂ ਦੀ ਧਰਤੀ ਦੇ ਵਿੱਚ ਵੱਡੀ ਰੌਣਕ ਹੈ ਆਹ ਸਾਹਮਣੇ ਕਹਿੰਦੇ ਅਜੇ ਬਾਲਨ ਤੇ ਦੂਸਰੇ ਪਾਸੇ ਆਪਾਂ ਲੱਗਾਂਗੇ ਮੌਸਮ ਕੰਤਰੀ ਮੌਸਮ ਇੱਧਰ ਆ ਜਾਵੇ ਦੇ ਵਿੱਚ ਸਟੇਜ ਦੇ ਸਾਹਮਣੇ ਕੁਸ਼ਤੀ ਸਿਰੇ ਦੀ ਚੱਲਦੀ ਹੈ ਲੋਕੀ ਪਹਿਲਵਾਨੀ ਨੂੰ ਇਹਨਾਂ ਇਸ਼ਕ ਕਰਦੇ ਇਸ ਜਿੰਨਾ ਸਿਰਾਂ ਤੇ ਹੀਟ ਆ ਜੀ ਪਹਿਲਵਾਨੀ ਖੇਡਣ ਵਾਲੀ ਜਿਨ੍ਹਾਂ ਦੇ ਹਿੱਸੇ ਬੰਦੇ ਰੂਪ ਨੇ ਸੁਰਜੀਤ ਦਾ ਜੀ ਪਹਿਲਵਾਨ ਸਦਾ ਸਰਬੰਧ ਦਾ ਭਲਾ ਮੰਗਦੇ ਲੈ ਕੇ ਆਸਰਾ ਪੀਰ ਫਕੀਰ ਦਾ ਜੀ ਲੋਕੀ ਇਹਨਾਂ ਤੇ ਇੰਨਾ ਮਾਣ ਕਰਦੇ ਕੋਈ ਕਰਦਾ ਨਹੀਂ ਕਿਸੇ ਅਮੀਰ ਦਾ ਜੀ ਅਮੀਰੀ ਕਹਿੰਦੇ ਪਹਿਲਵਾਨੀ ਦੇ ਵਿੱਚ ਹੀ ਦੇਖੀ ਜਾਂਦੀ ਜੋ ਤਕਨੀਕ ਤਾਪੇ ਜਿਹੇ ਜਾ ਕੇ ਗੱਲਾਂ ਬਣਦੀਆਂ ਨਾ ਪਰਲੇ ਪਾਸੇ ਤਾੜੀਆਂ ਮਾਰਦੇ ਗੌਰਵ ਭੁੱਜ ਗਿਆ ਮੱਛੀ ਵਾਲੇ ਵਾਲਾ ਆਵੇ ਜਲਦੀ ਨਾਲ ਹੈਡੋ ਆਓ ਹੈਡੋ ਜੋਰ ਜੀ ਆ ਗਿਆ ਸਾਹਮਣੇ ਹੈ ਕਹਿੰਦੇ ਵੀ ਨਾਗਿਆਂ ਨੇ 45-45 ਮਿੰਟ ਕੁਸ਼ਤੀਆਂ ਲੜ ਜਾਂਦਾ ਇਹ ਕਹਿੰਦੇ ਹਿਮਾਚਲ ਵਾਲੇ ਜ਼ਿਆਦਾ ਮੰਗ ਕਰਦੇ ਵੀ ਗੌਰਵ ਮਾਛੀ ਵਾਲਾ ਲੜਾ ਸਾਡੇ ਦੰਗਲ ਦੇ ਵਿੱਚ ਹੋਣਾ ਚਾਹੀਦਾ ਹੈ ਇੱਕ ਮਿੰਟ ਦੇਈ ਭਾਜੀ ਸਦਾ ਕਿਰਪਾਲ ਸਿੰਘ ਜੀ ਆ ਕੁਸ਼ਤੀ ਸ਼ੁਰੂ ਕਰਵਾਓ ਗੌਰਵ ਕੁਸ਼ਤੀ ਸ਼ੁਰੂ ਕਰਵਾ ਪਰਲੇ ਪਾਸੇ ਯਾਦਗਾਰੀ ਤਸਵੀਰ ਕਰਵਾਓ ਬਈ ਬਾਬਾ ਟੀਵੀ ਵਾਲਿਆਂ ਨੂੰ ਬੇਨਤੀ ਆ ਵੀ ਸਾਰੇ ਜਿਹੜੇ ਸ਼ਖਸੀਅਤਾਂ ਦੇ ਵੱਲੋਂ ਵੱਡੇ ਮਾਨ ਸਨਮਾਨ ਪਹੁੰਚਦੇ ਹੋਏ ਆ ਇੱਕ ਵਾਰ ਵੱਡਾ ਧੰਨਵਾਦ ਕਰਦੇ ਹਾਂ ਐਨਆਰਆਈ ਵੀਰਾਂ ਦਾ ਜਿਨ੍ਹਾਂ ਦੇ ਵੱਲੋਂ ਵੱਡੇ ਸਹਿਯੋਗ ਪੁੱਜੇ ਆ ਅਸੀਂ ਕੱਲਾ ਕੱਲਾ ਚਿਹਰਾ ਜਿਹੜਾ ਲਾਈਵ ਜੁੜਿਆ ਹੋਇਆ ਔਰ ਕੱਲੇ ਕੱਲੇ ਚਿਹਰੇ ਵੱਲੋਂ ਵੱਡਾ ਮਾਨ ਪੁੱਜਿਆ ਇਸ ਨਗਰ ਲਈ ਸਰਦਾਰ ਤਰਸੇਮ ਸਿੰਘ ਜੀ ਲੰਬੜਦਾਰ ਸਾਹਿਬ ਯੂਐਸ ਸਰਦਾਰ ਗੁਰਦਿਆਲ ਸਿੰਘ ਜੀ ਵੱਲੋਂ ਕਹਿੰਦੇ 1.25 ਲੱਖ ਰੁਪਇਆ ਸਰਾਬ ਅੱਕਣ ਸਿੰਘ ਜੀ ਜੂਕੇ ਤੇ ਅਮਰੀਕ ਸਿੰਘ ਜੀ ਮੀਕਾ ਦੋ ਕੁਸ਼ਤੀਆਂ ਦਾ ਕਹਿੰਦੇ 2.5 ਲੱਖ ਰੁਪਇਆ ਵੱਡਾ ਧੰਨਵਾਦ ਕਰਦਾ ਉੱਥੇ ਸਰਦਾਰ ਤਰਸੇਮ ਸਿੰਘ ਜੀ ਸਾਨੂੰ ਪਿਆਰਾ ਸਿੰਘ ਜੀ ਕੈਨੇਡਾ ਗੁਰਪਾਲ ਸਿੰਘ ਜੀ ਸਾਨੂੰ ਸਾਰੀ ਗੁਰਪਾਲ ਸਿੰਘ ਜੀ ਚੌਧਰੀ ਮੱਕੜ ਸਿੰਘ ਜੀ ਚੌਧਰੀ ਬਲਵੀਰ ਸਿੰਘ ਜੀ ਸਰਵਣ ਸਿੰਘ ਜੀ ਹਰਭਜਨ ਸਿੰਘ ਜੀ ਕੈਨੇਡਾ ਰਕਸ਼ਾ ਡਾਕਟਰ ਆਫ ਸਰਪ੍ਰਸਤ ਤਰਸੇਮ ਲਾਲ ਜੀ ਮਾਨ ਸਾਹਿਬ ਓਮਕਾਰ ਸਿੰਘ ਜੀ ਸਾਡੇ ਸੈਕਟਰੀ ਮਾਨਜੀ ਉਹਨਾਂ ਦਾ ਵੀ ਵੱਡਾ ਧੰਨਵਾਦ ਬਹਾਦਰ ਸਿੰਘ ਜੀ ਮੰਗੂਵਾਲ ਵੈਨਕੋਵਰ ਦੇ ਸਾਰੇ ਐਨਆਰਆਈ ਵੀਰਾਂ ਦੇ ਵੱਲੋਂ ਵੱਡਾ ਸਹਿਯੋਗ ਹੈ ਗੁਰਦੀਪ ਸਿੰਘ ਸਾਨਫ ਪਾਲ ਸਿੰਘ ਜੀ ਜਿੰਦਰੀ ਸਾਨਫ ਦਲਾਵਰ ਸਿੰਘ ਜੀ ਸੁਰਿੰਦਰ ਸਿੰਘ ਢਿੱਲੋਂ ਰੂਪ ਲਾਲ ਸਾਨਫ ਭਗਤਾ ਕੈਨੇਡਾ ਵਾਲੇ ਵੱਡਾ ਧੰਨਵਾਦ ਕਰਦੇ ਹਾਂ ਮੇਜਰ ਸਿੰਘ ਸਾਨਫ ਗੁਰਦੀਪ ਸਿੰਘ ਤਰਲੋਚਨ ਸਿੰਘ ਧੁੰਮਣਾ ਸੁਖਵਿੰਦਰ ਸਿੰਘ ਸਾਨਫ ਸਰਦਾਰਾ ਸਿੰਘ ਗੁਰਪ੍ਰੀਤ ਸਿੰਘ ਸਾਨਫ ਜਰਨੈਲ ਸਿੰਘ ਵੱਡਾ ਧੰਨਵਾਦ ਕਰਦੇ ਹਾਂ ਉੱਥੇ ਜੋਗਿੰਦਰ ਸਿੰਘ ਜੀ ਸਾਬਕਾ ਸਰਪੰਚ ਸਾਹਿਬ ਵੱਡਾ ਧੰਨਵਾਦ ਕਰਦੇ ਹਾਂ ਗੁਰਪ੍ਰੀਤ ਸਿੰਘ ਸਾਨਫ ਜਰਨੈਲ ਸਿੰਘ ਪਿਆਰ ਦੇ ਨਾਲ ਭੋਗੀ ਆਖਦੇ ਕਹਿੰਦੇ ਇਸ ਨਗਰ ਦਾ ਵੱਡਾ ਬੁਲਾਰਾ ਹੈ ਜੀਆਂ ਨੂੰ ਆਖਾਂਗੇ ਉੱਥੇ ਜੀਆਂ ਨੂੰ ਆਖਾਂਗੇ ਜੋਗਿੰਦਰ ਸਿੰਘ ਸਾਬਕਾ ਸਰਪੰਚ ਸਾਹਿਬ ਬੂਟਾ ਸਿੰਘ ਸਾਨਫ ਧਰਮਜੀਤ ਸਿੰਘ
लखवीर सिंह सानव सरवण सिंह लाव मौसम कतरी उपर तालियां जोरदार मार दो लखवीर सिंह सानव शंकर सिंह संदीप सिंह सानव संतोख सिंह ये सारे चेहरों का बड़ा धन्यवाद करते हैं जिन्होंने वालों बड़ी मुहब्बत दी गई है गुरप्रीत सिंह सानव बलवंत सिंह सोंड बहादुर सिंह सुरजीत सिंह गुरनेल जसवाल सिंह कामा सारे वीरों का बड़ा धन्यवाद ते मुख्तियार सिंह जी कनेडा ते बाबा बेनती है जी सेंटर ते जावड़ी रैफरी साहब साडे इन्हां नूं बेनती है सिरे सिंधी इन्हां नूं गब्बे लैके आओ गब्बे दर्शकां दी मांग है वी गब्बे कुश्ती कराई जावे ते जी कुश्ती शुरू करवा दे एक कुश्ती 7.5 लाख दी अज दे टाइम दे बड्डे मल है अज दे टाइम दे बड्डे मल है ते एक पासे मौसम खतरी ते दूसरे पासे अजय बाल ਗੌਰਵ ਮਾਛੀ ਵਾਲਾ ਲਾਰੰਗ ਦੀ ਗੈਂਗ ਦੇ ਵਿੱਚ ਹੈਡੋ ਜੋਰਜੀਆ ਜਿਹੜਾ ਕਹਿੰਦੇ ਬਾਹਰਲੇ ਮੁਲਕ ਦਾ ਗੋਰਾ ਨਾ ਇਹ ਪੰਜਾਬੀ ਸਮਝ ਸਕਦਾ ਹਿੰਦੀ ਕਹਿੰਦੇ ਕਿਤੇ ਕਿਤੇ ਮਾਰਕਾ ਮਾਰਕਾ ਜਿਹੜੇ ਯਾਦ ਰੱਖਦਾ ਪਰ ਕੁਸ਼ਤੀ ਸਿਰੇ ਦੀ ਕਰਦਾ ਲਾਡੀ ਸਿਆ ਇੱਕ ਹਫ਼ਤੇ ਦੇ ਵਿੱਚ ਤਾਂ ਬਹਿਜਾ ਵਜਾ ਕਰਵਾਈ ਆ ਮੁੰਡੇ ਨੇ ਨਾ ਸਾਹਮਣੇ ਕਹਿੰਦੇ ਕੁਸ਼ਤੀ ਸਿਰੇ ਦੀ ਚੱਲਦੀ ਹੋਈ ਡੰਡੇ ਵੇਲੇ ਹੋਈ ਪਈ ਆ ਤਾਪ ਵਿੱਚ ਵੱਜਣ ਵਾਲੀਆਂ ਗੱਲਾਂ ਨੇ ਲਾਵੀ ਮੰਨੇ ਵਖਾ ਕੁਸ਼ਤੀ ਦਰਸ਼ਕ ਵੇਖਣਾ ਚਾਹੁੰਦੇ ਵੀ ਆ 25,000 ਦੀ ਕੁਸ਼ਤੀ ਦਾ ਫੈਸਲਾ ਹੁੰਦਾ ਕੀ ਹੈ ਤੇ ਜਸਰੀਰ ਕਹਿੰਦੇ ਵੀ ਨਾਇਰ ਪਾਸਲਾ ਤੇ ਮੰਨੇ ਦੇ ਦਰਮਿਆਨ ਜਿਹੜਾ ਛੁੱਟ ਜਾ ਰਿਹਾ ਬੇਨਤੀ ਕਰਦੇ ਆ ਵੀ ਮੌਸਮ ਕੰਤਰੀ ਤੇ ਅਜੇ ਬਾਰ ਦੀ ਕੁਸ਼ਤੀ ਆ ਚੱਲਦੀ ਹੈ ਸਾਹਮਣੇ ਇਸ ਵੇਲੇ ਮੌਸਮ ਕੰਤਰੀ ਉੱਪਰ ਹੈ ਔਰ ਸਾਹਮਣੇ ਲਾਲ ਰੰਗ ਦੀ ਕੈਂਚ ਦੇ ਵਿੱਚ ਤੇ ਨਾਲ ਹੈਡੋ ਜੋਰਜੀਆ ਚਿੱਟੇ ਰੰਗ ਦੀ ਕੈਂਚ ਦੇ ਵਿੱਚ ਹੈ ਕਮਲਜੀਤ ਡੂਮਛੜੀ ਤੇ ਸਾਬੇ ਸਾਬੇ ਭਾਈ ਆ ਜਾ ਮੇਰਾ ਵੀ ਤਿਆਰੀ ਕਰਕੇ ਕਮਲ ਸਿਆ ਆ ਜਾ ਮੇਰਾ ਵੀ ਕਮਲ ਸਿਆ ਲਾ ਕੁਸ਼ਤੀ ਸਿਰੇ ਦੀ ਮੌਸਮ ਕੰਤਰੀ ਕਹਿੰਦੇ ਛੱਡ ਛੱਡ ਕੇ ਘੁਰ ਰਿਹਾ ਤੇ ਅਜੇ ਬਾਰ ਨੂੰ ਵੀ ਪੂਰੀ ਤਿਆਰੀ ਦੇ ਵਿੱਚ ਹੈ ਐਨ ਵਧੀਆ ਮੰਨ ਨੇ ਦੋਨੇ ਸਿਰੇ ਦੀ ਕੁਸ਼ਤੀ ਕਹਿੰਦੇ ਹੁਣ ਜਾ ਰਹੀ ਹੈ ਤਾਪ ਵਿੱਚ ਵੱਜਣ ਵਾਲੀਆਂ ਗੱਲਾਂ ਨੇ ਤਾਂ ਦੋਨੇ ਮੰਨ ਕਹਿੰਦੇ ਪੂਰੇ ਕਰੰਟ ਵਾਲੇ ਨੇ ਮਾਸਰੀ ਦੇ ਵਾਈਪਰ ਵਾਂਗ ਚਲਦੀਆਂ ਹੋਈਆਂ ਬਾਹਾਂ ਹਾਂਜੀ ਇੱਕ ਕੁਸ਼ਤੀ ਆਪਾਂ ਕਰਵਾਈ ਹੈ ਇੱਧਰ ਵੀਰ ਤੇ ਬਾਜ ਰੌਣੀ ਉਹਨਾਂ ਦੀ ਪਰਚੀ ਦੇ ਦਿਓ ਮੱਲਾਂ ਨੂੰ 70,000 ਦੀ ਕੁਸ਼ਤੀ ਸੀਗੀ ਜੀ ਇਹ ਪਰਚੀ ਇਹਨਾਂ ਨੂੰ ਦੇ ਦਿਓ ਜਿਹੜੀਆਂ ਵੱਡੀਆਂ ਕੁਸ਼ਤੀਆਂ ਨੇ ਉਹਨਾਂ ਦੀਆਂ ਪਰਚੀਆਂ ਨੇ 2 ਨੰਬਰ ਦੀ ਝੰਡੀ ਦੀ ਕੁਸ਼ਤੀ ਹੈ ਦੱਸੋ ਸਟੇਜ ਦੇ ਵਿੱਚ 2 ਨੰਬਰ ਦੀ ਝੰਡੀ ਦੀ ਕੁਸ਼ਤੀ ਸਭਿਆ ਮਜਾ ਮੁੰਡਾ ਗਿਆ ਨਾਲ ਨਾਲ ਗਿਆ ਮੁੰਡਾ ਦੱਸਣ ਗਏ ਨੇ ਤੁਹਾਡੇ ਲਈ ਉਹਨਾਂ ਨੇ ਪਹਿਲਾਂ ਦੱਸਿਆ ਵੀ ਇਹਨਾਂ ਦੀਆਂ ਪਰਚੀਆਂ ਨਹੀਂ ਹੈਗੀਆਂ ਵੱਡੀਆਂ ਕੁਸ਼ਤੀਆਂ ਦੀਆਂ ਸਿੱਧੇ ਜਾ ਕੇ ਮਾਨ ਸਨਮਾਨ ਜਿਹੜੇ ਹੋਣਗੇ ਲਾਓ ਮੇਰੇ ਪੰਜਾਬੀ ਵੀਰੋ ਬੱਬਰ ਸ਼ੇਰਾਂ ਦਾ ਭੇੜ ਇਸ ਵੇਲੇ ਮੈਦਾਨ ਦੇ ਵਿੱਚ ਹੋ ਰਿਹਾ ਹੈ ਬੂਟੇ ਨੰਬਰ ਉਹਨਾਂ ਦਾ ਧੰਨਵਾਦ ਹੈ ਜਿੰਦਰ ਉਹਨਾਂ ਦਾ ਸਾਰੀ ਸਮੁੱਚੀ ਟੀਮ ਦਾ ਛੋਟੇ ਭਾਰੀ ਉਹਨਾਂ ਦਾ ਆਜ਼ਾਦ ਉਹਨਾਂ ਦਾ ਧੰਨਵਾਦ ਸੀਪੇ ਉਹਨਾਂ ਦਾ ਜਿਨ੍ਹਾਂ ਨੇ ਪਤੀ ਸੇਵਾ ਬਣਾਈ ਆ ਇਸ ਸਰਕਲ ਦੇ ਲਈ ਇਹਨਾਂ ਸਾਰੇ ਵੀਰਾਂ ਦਾ ਪਿਆਰ ਨੂੰ ਧੰਨਵਾਦ ਕਰ ਰਿਹਾ ਤੇ ਮੈਂ ਬੇਨਤੀ ਕਰਦਾ ਸੁਰਿੰਦਰ ਸਿੰਘ ਜੀ ਨੂੰ ਗੱਬੇ ਲੈ ਕੇ ਆਓ ਇਹਨਾਂ ਨੂੰ ਗੱਬੇ ਲੈ ਕੇ ਆਓ ਗੱਬੇ ਲੈ ਕੇ ਆਓ ਬਾਹਰ ਜਾ ਕੇ ਉਹ ਗੱਬੇ ਲੈ ਕੇ ਆਓ ਇਹ ਮੰਨੇ ਵਾਲੀ ਕੁਸ਼ਤੀ ਬਰਾਬਰ ਹੈ ਰਬਦਾ ਸਰ ਹਾਂਜੀ ਹਾਂਜੀ ਆ ਤੁਸੀਂ ਬਰਾਬਰ ਆ ਮੰਨਾ ਬਲਵਾਨ ਦੇ ਜਸਵੀਰ ਮੇਰੀ ਖੜਾ ਬੜਾ ਧੰਨਵਾਦ ਕਰਦੇ ਖੜਾ ਸ਼ੇਵਾੜੀ ਗੁਜੇ ਪਹਿਲਵਾਨ ਜੀ ਜਿਹੜੇ ਵੱਡੀ ਟ੍ਰੇਨ ਕਹਿੰਦੇ ਨੇ ਨਾ ਬੱਚਿਆਂ ਨੂੰ ਨਾ ਸਾਹਮਣੇ ਹੈਡੋ ਜੋਰਜੀਆ ਤੇ ਗੌਰਵ ਮਾਛੀ ਵਾਲੇ ਦੀ ਕੁਸ਼ਤੀ ਸ਼ੁਰੂ ਹੋ ਚੁੱਕੀ ਵੀ ਸਾਬੇ ਸਾਬੇ ਵੀ ਰਾਮ ਰਵੀ ਸ਼ਾਬਾ ਆਪਾ ਪਹਿਲਵਾਨ ਕੁਹਾਰੀ ਤੇ ਕਹਿੰਦੇ ਕਵਲ ਪਹਿਲਵਾਨ ਡੂਮ ਸ਼ੇਰੀ ਦੇ ਦਰਮਿਆਨ ਇਹ ਵੀ ਜਿਹੜਾ ਜੁੱਧ ਸ਼ੁਰੂ ਹੋਵੇਗਾ ਮੀਡੀਆ ਵਾਲੇ ਵੀਰਾਂ ਦਾ ਧੰਨਵਾਦ ਕਰਦੀ ਹੈ ਮੀਡੀਆ ਵਾਲੇ ਵੀਰ ਦੇ ਨਾਲ ਸਾਡੇ ਪੰਜਾਬ ਪੁਲਿਸ ਦੇ ਕਰਮਚਾਰੀ ਜਿਹੜੀ ਸੇਵਾ ਨਿਭਾ ਰਹੇ ਹੈ ਨਗਰ ਦੇ ਵਿੱਚ ਵੀ ਕੀੜਾ ਪ੍ਰਬੰਧ ਕਰਕੇ ਵੀ ਰੱਖਿਓ ਜ਼ਰੂਰ ਲਓ ਵੇਖੋ ਸਾਹਮਣੇ ਜੁੱਧ ਲੱਗਿਆ ਹੋਇਆ ਜ਼ੋਰ ਦੋ ਮੱਲਾਂ ਦੇ ਦਰਮਿਆਨ ਕਹਿੰਦੇ 7.25 ਲੱਖ ਦੀਆਂ 2 ਕੁਸ਼ਤੀਆਂ ਸ਼ੁਰੂ ਹੋ ਗਈਆਂ ਤੀਜੀ ਵੀ ਆਪਾਂ ਜਲਦੀ ਕਰਾ ਦੇਣੀ ਹੈ 3,75,000 ਦਿੱਤਾ ਜਾਣਾ 3 ਕੁਸ਼ਤੀਆਂ ਦੇ ਹਾਂਜੀ ਕਮਲਜੀਤ ਡੂਮਛੜੀ ਤੇ ਕਹਿੰਦੇ ਸਾਬਾ ਕੁਹਾੜੀ ਇਹ ਜਲਦੀ ਨਾਲ ਵੱਲ ਆ ਜਾਓ ਖਾੜੇ 'ਚ ਇਹ ਜਲਦੀ ਨਾਲ ਆ ਜਾਓ ਤੀਸਰੀ ਕੁਸ਼ਤੀ ਵੀ ਕਹਿੰਦੇ ਸ਼ੁਰੂ ਕਰਵਾ ਦਈਏ ਲੈ ਵੀ ਹੈਡੋ ਜੋਰਜੀਆ ਦੁਨੀਆ ਵੇਖਣਾ ਚਾਹੁੰਦੀ ਹੈ ਵੀ ਮਰ ਕਿਹੜੇ ਡਾਂ ਵਿੱਚ ਛਕੇ ਹੋਏ ਆ ਆ ਕੁਸ਼ਤੀ ਕਹਿੰਦੇ ਚੱਲਦੀ ਆ ਅਜੇ ਬਾਰ ਦੇ ਮੌਸਮ ਕਤਰੀ ਨੋਟ ਕਰ ਲਓ ਸੁਰਿੰਦਰ ਸਿੰਘ ਜੀ ਤੁਸੀਂ ਵੀ ਨੋਟ ਕਰ ਲਓ ਹੋ ਇੱਕ ਚਾਂਸ ਦੇਣਾ ਜੇ ਦੂਸਰੇ ਚਾਂਸ ਨੂੰ ਮੰਨ ਬਾਹਰ ਜਾਂਦਾ ਸੰਗਤ ਦੇ ਵਿੱਚ ਤਾਂ ਦੂਸਰੇ ਮੰਨ ਲਓ ਕੁਸ਼ਤੀ ਦਾ ਜੇਤੂ ਕਰਾਰ ਦੇ ਦਿਓ ਲਾ ਮੌਸਮ ਕਤਰੀ ਨੇ ਕਹਿੰਦੇ ਖੁੱਚ ਪੱਟੀ ਆ ਸਾਹਮਣੇ ਉਹ ਬੈਸਾ ਵਾਲੇ ਉਹ ਸਵਾਦ ਆਉਂਦਾ ਤਾੜੀ ਦੱਬ ਕੇ ਮਾਰੋ ਅੱਜ ਤੁਹਾਡੇ ਨਗਰ ਦਾ ਮੇਲਾ ਹੈ ਪਤਾ ਲੱਗਣਾ ਚਾਹੀਦਾ ਵੀ ਦੁਆਬੇ ਦਾ ਪ੍ਰਸਿੱਧ ਨਗਰ ਹੈ ਜਿੱਥੇ ਕਹਿੰਦੇ ਵੀ ਐਨ ਵੱਡੇ ਪੱਧਰ ਦੀਆਂ ਕੁਸ਼ਤੀਆਂ ਆਉਂਦੀਆਂ ਹਾਂਜੀ ਵਾਹ ਜੀ ਵਾਹ ਅਜੇ ਬਰਨ ਮੌਸਮ ਖਤਰੀ ਸਾਬਾ ਕੁਆਰੀ ਤੇ ਕਹਿੰਦੇ ਕਮਲ ਡੂਮਛੜੀ ਆ ਜਾਓ ਮਰ ਖਾੜੇ ਵਿੱਚ ਜਲਦੀ ਸਾਬਾ ਕੁਆਰੀ ਲੈ ਵੀ ਹੈਡੋ ਜੋਰਜੀਆ ਤੇ ਕਹਿੰਦੇ ਗੌਰਵ ਮਾਛੀ ਵਾਲਾ ਵੀ ਵਿਖਾਓ ਕੁਸ਼ਤੀ ਦਫ਼ਤਰ ਵੇਖਣਾ ਚਾਹੁੰਦੇ ਵੀ ਆਹ ਕੁਸ਼ਤੀ ਦਾ ਵੀ ਫੈਸਲਾ ਕੀ ਹੁੰਦਾ ਹੈ ਚੜਕੇ ਪਟਕੇ ਦੇ ਨਾਲ ਫੈਸਲਾ ਵਿਖਾਓ ਮੇਰੇ ਵੀਰਿਓ
सांबे कुआरी ने बेंदी है पदार्थ पहलवान जी पे जो माल ना कला जैसे आवाज टाइम है सरंदर सिंह जी ले आओ फिर इन्होंने गब्बे गब्बे आओ जी अजय बारन जी गब्बे आओ ये गल बंदी बंदी नहीं फिर बाहर नहीं जाना फिर बाद में आ जा करो कुछ बाहर फैसला नहीं दिता जाएगा ऐसे पोजीशन तो सेंटर के ले आओ इन्होंने उधर के सारी दुनिया जी इधर दर्शक भीर पुजे वेखना चाहते हैं कुश्ती वेखण के लिए आए हैं कुश्ती सेंटर के विखाओ भैया कुश्ती का जो थाना अंदाज वधिया लग रहा एक बार ताड़ियां जोर मार के दस वधिया लगी है कुश्ती हम सारिया कुश्तियां खुल के ताड़ियां मार दो जिन्नी हम तक हुई सौ दिया कुश्तियां हुई ने पैसा ने मौसम मौसम खतरी पहलवान जी इतने आ जाओ इधर आ जाओ जोर मार इतने के लिए सेंटर में तुम ले आओ ले आओ इतने ले आओ रे पूरे ले आओ आ जाओ आ जाओ मौसम जी इधर आ जाओ सेंटर जेट कराओ इतनी कुश्ती लाओ दो कुश्तियां जेड़ी अक्कल दी सवा सवा लाख दियां जल्दी के दो कुश्तियां सवा सवा लाख दियां एक बार परिवार ना अपना धन्यवाद कर दे जिन्हें बोलो कुश्ती मार रही है आप कुश्ती करने जेड़ी चल रही है उन्हें मालूम है वोट करना भाई साथी सारी ग्राम पंचायत की कमेटी ने बताओ बेंती है वो कुश्ती जेड़ी अपना बाहर नहीं लेके जानी जो बाहर गए तो दूसरे मालूम जेतू करार देते ना परले पास जी कुश्ती चलती है तो चोटियों के गौरव मची बड़ा तुम भी नोट कर लो आज ने अंदाज बिल्कुल बढ़िया है सामने खड़ के जी कुश्ती अपना लड़नी है तो साबा कुहारी के कमल जी डूम जड़ी नो लास्ट पैर है मैं जगत चाचा जी ने बेनती करता भी कमल जी भेज दो सरदार जी भेज दो मेहरबानी करके थोड़ा बड़ा माण है पाला पहलवान जी पुजे है नेत्रपाल जी पुजे है प्यारा सिंधी हवेली तो कहते सैकल चक्या गया है सो बेनती है जी अपने अपने बाहों से थोड़े ध्यान रखियो क्योंकि बहुत सारे दंगलों के पर्स भी निकले है जो ना प्रबंधक एंड से आके प्राइज देंगे उदो पर्स निकलते हैं उसे उस वे तुम भी ध्यान रखना क्योंकि फड़न तो अभी जा रहे थे साध भवन नगर के फड़ता रहना से भज गया है पंजाब पुलिस भी मगर लगी पता नहीं किस पास लग गया नौजवान कई दंगलों के मेरे पिंड गढ़ पधारे चो भी तीन पर्स चोरी हुए जो इनाम मंड रहे उस वे पर्स निकलते अपना ध्यान रखियो तो अपने अपने वाहन निगाह च रखियो प्यारा सिंह की हवेली तो कहते कोई सैकल भी चुके लै गया आ जाओ साबा कुआरी उधरले पासे कमल जी डूम छेड़ी मैं बेनती करना भी आओ जल्दी लाओ उपरले पासे मौसम खतरी कहते भी पहलवान उपरले पासे है तो आर पार का फैसला होगा प्रबंधकों की सख्त हदायत है मेरे वीरो हैडो जॉर्जिया के दूसरे पास कहते नौजवान गौरव माशी वाले वाला है गौरव माशी वाले वाला तेन से एक मिनट नहीं मिला भी जिन्या कमेटियां पुजिया ने सब का वाला धन्यवाद करते हैं और उस्ताद लोगों के वालों वाला माण दिता है आ कुश्ती कहते दो नंबर की हुई है कले कले चेहरे का वाला सत्कार करते हैं भी पानी नहीं पीना हसम खतरी दूसरे पास इतने पास गौरव माची वाला हैडो जोरजी ने बेनती है भी दा बेच मारो फिर जाके कुश्ती आर पार होनी है कमेटी के वालों बेनती है साबा कुहाली से कमल जी डूमछड़ी भज के और 25 तरीक न शंकर वड्डा छिंझ मेला चार मल चोटी के पुज रहा बिरजू दिल्ली हितेश कारा प्रिंस कुहाली जी तो अजय बाग के दरम्यान कहते कुश्ती आनी है सिरे के मल कहते पुजन जा रहे हैं बेनती करते हैं भी जिन्हों के वालों बड़े मान सम्मान है कहते सवा सवा लाख रुपया सरदार तरसेम सिंह जी लंबड़दार साहब यूएसए गुरदयाल सिंह जी वालों सवा लाख है हाँ जी भी मिनट हो गए भैया कुश्ती चलती ताड़ियां जोरदार मार दो पांच मिनट होर दे दिता कमेटी के वालों हाँ जी पांच मिनट खुले देने के पॉइंट से तुम दस दी हो जे कुश्ती बराबर रहती है प्रबंधक कहते भी जो तिल फिर भेटा दवा स्वीकार करनी पैनी है यह प्रबंधक कमेटी ने पहला लॉस कराया ये बेनती तुम प्रवान करो जिन्हें भी बराबर भौला हुई उन्होंने पैसे घटी दिए गए हैं सामने कहते गौरव माची वाला उपर ताड़ियां जोरदार मार दो उपर है सिरे की कुश्ती है भारा माला दूसरे पास कहते नवा टकोर है वैसे तो चार साल हो गए है दो साल हो गए इस मल में कहते पंजाब कुश्तियां लड़ते रहो आ सामने हैडो जॉर्जिया वाले
वैसे तो कहते गद्दा का बहुत वधिया मल है पर मिट्टी जिहड़ी आ बड़े बड़िया नूं बख्श पा दिंदी है। अज दे टाइम दे विच तेलू सिया जे आपां सारे कहीए पर आपां सोने दी बरसात करदे पर सानू वो लोड़ नहीं जिहड़ा हीरा जमीन ते उपर हो गया फसल होगी सानू उहदे नाल लोड़ है पर मालक अरदास करे असीं भी अरदास करिए सारे जने रल के अरदास करो कि अज दे दिनां दे विच बरसातां ना होण मालक अग्गे अरदासां ने दुआवां ने फरियादां ने ते सियाणे कहिंदे जदो मालक मेहरबान हो जाए जदो दाता मेहरबान हो जाए उदो कुत्ते भी स्वर्ग विच पार दिंदा है उमर ऐब गुनाहां वाला जद मौत विच आउंदा करके पार दिंदा है जिहनूं नहीं देणा उह दिंदा नहीं जिहनूं दिंदा उहनूं कुछ दसदा नहीं जद अपनी आई ते आ जावे बिना हवा तो गुड्डियां चाड़ दिंदा है सब दियां गुड्डियां चढ़ाई रखी मालक है चरणा च अपने तो लाई रखी मालक है मालक दी वड्डी पाल कृपा है लाओ सामने हैड ओ सामने हो गया हैड ओ सामने लाओ हैड ओ सामने हो गया मेरी वीडियो उठ के वेखदे भी गल की हुण भी एक पासे जौरदिया दा टोला है दूजे पासे माशी वाला साहब दी धरती आ कहिंदे गाजन इसे ले गौरव है उधर अरे वंग ते कहिंदे मौसम खतरी दे दरम्यान भी जुद्ध जिहड़ा बड़ा वधिया चल रिहा है उधरे पासे भी जुद्ध है ये सवा सवा लख दीआं कुर्सीआं है सरदार सुरिंदर सिंह दी बहस सरदार मक्खण सिंह दी बहस सरदार अमरीक सिंह दी बहस सरदार इंद्रजीत सिंह दी बहस पामा बहस ਜਿਹਨਾਂ ਵੱਲੋਂ ਕਹਿੰਦੇ 2.5 ਲੱਖ ਰੁਪਇਆ ਦਿੱਤਾ ਜਾ ਰਿਹਾ ਹੈ ਉਹਨਾਂ ਵੀਰਾਂ ਦਾ ਵੀ ਧੰਨਵਾਦ ਕਰਦੇ ਹਾਂ ਸਰਦਾਰ ਗੁਰਦਿਆਲ ਸਿੰਘ ਜੀ ਨਮਕਾ ਤਸੇਜ ਜੀ ਨਮਕਾ ਜਿਹਨਾਂ ਵੱਲੋਂ 2.5 ਲੱਖ ਰੁਪਇਆ ਹਾਂਜੀ ਆ ਕਹਿੰਦੇ ਹੀਰਾ ਜਿਹੜਾ ਪੁੱਜ ਗਿਆ ਆ ਮੰਨ ਲਈ ਤਾੜੀਆਂ ਮਾਰ ਦਿਓ 225 ਗੇੜ ਦਾ ਮਾਲਕ ਆ 213 ਗੇੜ ਦਾ ਪਰ ਫਿਰ ਵੀ ਭਲਵਾਨੀ ਨੂੰ ਪਿਆਰ ਕਰਦਾ ਹੈ ਤਾੜੀਆਂ ਜ਼ੋਰਦਾਰ ਮਾਰ ਦਿਓ ਭਲਵਾਨੀ ਨੂੰ ਇੰਨਾ ਪਿਆਰ ਕਰਦੇ ਨੇ ਮਾਲਕ ਮਾਲਕ ਨੇ ਸਾਰੇ ਮੱਲਾਂ ਨੂੰ ਵੱਡਾ ਮਾਣ ਦਿੱਤਾ ਹੈ ਗਰੀਬੀ ਤੋਂ ਮੱਲ ਨਹੀਂ ਬਣ ਸਕਦਾ ਹੈ ਜਿਗਰਾ ਹੌਸਲਾ ਚਾਹੀਦਾ ਹੈ ਫਿਰ ਜਾ ਕੇ ਕਹਿੰਦੇ ਸ਼ੇਰਾਂ ਦੇ ਜਿਗਰੇ ਬਣਦੇ ਆ ਫਿਰ ਜਾ ਕੇ ਕੁਲਚੀਆਂ ਗੜੀਆਂ ਜਾਂਦੀਆਂ ਨੇ ਤਾਂ ਸਾਬਾ ਕੁਹਾਲੀ ਵਾਲਾ ਪੁੱਜ ਗਿਆ ਕਮਲ ਸਿਆ ਆ ਗਿਆ ਵੀ ਸਾਬਾ ਕੁਹਾਲੀ ਵਾਲਾ ਤੇ ਕਮਲ ਡੂਮ ਸ਼ੇਰੀ ਦੇ ਦਰਮਿਆਨ ਜੁੱਟ ਹੋਵੇਗਾ 50 ਪਹਿਲਾ ਜੀ ਬੈਠੇ ਜਿਹਨਾਂ ਦਾ ਚੰਡੇ ਹੋਏ ਆ ਨੌਜਵਾਨ ਹੈ 2016 ਦੇ ਵਿੱਚ ਮੁੰਡਾ ਭਾਰਤ ਕੇਸਰੀ ਬਣਿਆ ਮੋਟਰਸਾਈਕਲ ਝੋਟਰੀਆਂ ਦੇ ਮੁੰਡੇ ਨੇ ਕਰਤਾਰ ਲਾਤੀ ਹੈ ਅੱਜ ਮਾਂ ਵੀ ਮਾਣ ਕਰਦੀ ਹੈ ਪੁੱਤ ਕਹਿੰਦੇ ਵੀ ਸ਼ੇਜਾਂ ਦਾ ਸ਼ਿੰਗਾਰ ਹੈ ਕਿ ਪੁੱਤ ਸ਼ੇਜਾਂ ਦਾ ਸ਼ਿੰਗਾਰ ਹੈ ਅੱਜ ਵੱਡੀ ਚਰਚਾ ਇਸ ਵਾਲੇ ਤੇ ਦੂਸਰੇ ਪਾਸੇ ਕਹਿੰਦੇ ਅਖਾੜੇ ਨੂੰ ਪ੍ਰਸਿੱਧੀ ਮਿਲੀ ਹੈ ਅਖਾੜੇ ਨੂੰ ਪ੍ਰਸਿੱਧੀ ਮਿਲੀ ਹੈ ਮੇਰੀ ਵੀ ਉਹ ਮਨ ਤੋਂ ਔਰ ਕਹਿੰਦੇ ਵੀ ਸੰਤ ਪੂਰਨ ਦਾਸ ਅਖਾੜਾ ਡੂਮ ਸ਼ੇਰੀ ਦਾ ਮਨ ਆਏ ਕਮਲ ਡੂਮ ਸ਼ੇਰੀ ਤਾੜੀ ਦੱਬ ਕੇ ਮਾਰਦੇ ਹੋ ਪੰਜਾਬੀ ਵੀਰੋ ਲਓ ਦੁਨੀਆਂ ਦੇ ਸਿਰੇ ਦੇ ਮਨ ਪੁੱਜੇ ਹੋਏ ਆ ਦੁਨੀਆਂ ਦੇ ਸਿਰੇ ਦੇ ਮਨ ਪੁੱਜੇ ਹੋਏ ਆ ਲਓ ਮਲਾਨ ਦੇ ਵਿੱਚ ਕਹਿੰਦੇ ਵੀ ਆ ਵੀ ਕੁਸ਼ਤੀ 2.5 ਲੱਖ ਦੀ 3,75,000 ਰੁਪਏ ਆ 3 ਕੁਸ਼ਤੀਆਂ ਕਹਿੰਦੇ ਥਾਰੇ ਵਿੱਚ ਉੱਜ ਗਈ ਹੈ ਇਸ ਲਈ 40 ਦੇ 31 ਇੰਚ ਨੂੰ ਮਾਰੀ ਹੈ ਬਈ ਕੈਮਰੇ ਕਿੰਨੇ ਨੇ ਤੁਹਾਡੇ ਦੋਗੇ ਵਾਲੇ 3 ਤੀਸਰੀ ਕੁਸ਼ਤੀ ਕਰਾ ਦੀ ਹੈ ਕਮੇਟੀ ਵੱਲੋਂ ਹੁਕਮ ਹੋ ਗਿਆ ਕੋਈ ਕਰਾ ਲਈ उपरले पासे गौरव माशी वाले वाला पर दूजे पासे हैडो 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 जॉर्जिया दा कहिंदे गोरा है ਹੈਲੋ ਜਾਰਜੀਆ ਦਾ ਗੁਰਾ ਹੈ ਐਨ ਹੋਏ ਕਦਾ ਦੇ ਮੈਂ ਜੋਰ ਲੱਗਿਆ ਹੋਇਆ ਆ ਜੋ ਕਹਿੰਦੇ ਸਾਬਾ ਕੁਹਾਲੀ ਤੇ ਕਮਲ ਜੀ ਡੂੰਛੜੀ ਸਟੇਜ ਵਾਲੇ ਪਾਸੇ ਆ ਜੋ ਸਾਡੀ ਸਾਰੀ ਕਮੇਟੀ ਦੇ ਵੱਲੋਂ ਗ੍ਰਾਮ ਪੰਚਾਇਤ ਦੇ ਨਾਲ ਇੱਕ ਯਾਦਗਾਰੀ ਫੋਟੋ ਹੋਣੀ ਹੈ ਆ ਜਾਣ ਮੇਰੇ ਵੀਰ ਕਿਉਂਕਿ ਪਹਿਲਾਂ ਦੱਸਿਆ ਉਧਰ ਸਾਡੇ ਲੱਕੀ ਬਾਬਾ ਜੀ ਪੁੱਜੇ 21 ਤਰੀਕ ਨੂੰ ਸੱਦੇ ਪੱਤਰ ਦੇ ਰਹੇ ਆ ਹਰ ਸੱਦੀਆਂ ਤੇ ਕਲੱਬਾਂ ਪਿੰਡੀਆਂ ਦੁਨੀਆ ਦੇ ਚੋਟੀ ਦੇ ਖਿਡਾਰੀ ਉਸ ਨਗਰ ਦੇ ਵਿੱਚ ਖੇਡਣਗੇ ਬੈਸਟਾਂ ਨੂੰ ਮੋਟਰਸਾਈਕਲ ਹੋਵੇ ਤੇ ਨਗਦ ਰਾਸ਼ੀ ਕਰਕੇ ਵੱਡੇ ਮਾਇਆ ਦੇ ਗੱਫੇ ਦਿੱਤੇ ਜਾਣੇ ਆ ਸਭ ਸਾਰੀ ਗ੍ਰਾਮ ਪੰਚਾਇਤ ਦੇ ਵੱਲੋਂ ਆਪਾਂ ਇੱਕ ਯਾਦਗਾਰੀ ਤਸਵੀਰ ਕਰਵਾ ਲਈ ਹਾਂਜੀ ਸਰਦਾਰ ਤੀਰਥ ਸਿੰਘ ਦੀ ਬੈਸ ਕੈਨੇਡਾ ਵਾਲੇ ਕਹਿੰਦੇ ਐਲਾਨ ਕਰਦੇ ਆ ਵੀ 15 ਫਰਵਰੀ ਨੂੰ 15ਵਾਂ ਕਬੱਡੀ ਕੱਪ ਹੋਣ ਜਾ ਰਿਹਾ ਹੈ 15ਵਾਂ ਵਰਲਡ ਕਬੱਡੀ ਕੱਪ ITI ਗਰਾਊਂਡ ਨਵਾਂ ਸ਼ਹਿਰ ਦੇ ਵਿੱਚ 1.5 ਲੱਖ ਤੇ ਕਹਿੰਦੇ ਲੱਖ ਪ੍ਰਾਈਜ਼ ਹੋਊਗਾ ਤੇ ਬੈਸਟਾਂ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਤੇ ਲੱਕੀ ਕੋਪਰ ਕੱਢਿਆ ਜਾਵੇਗਾ ਦਰਸ਼ਕਾਂ ਦੇ ਵਿੱਚ ਵੀ ਮੋਟਰਸਾਈਕਲ ਦਿੱਤਾ ਜਾਵੇਗਾ 15 ਕਹਿੰਦੇ ਵੀ ਫਰਵਰੀ ਨੂੰ ਵੱਡੇ ਪੱਧਰ ਦਾ ਟੂਰਨਾਮੈਂਟ ਵੱਡੇ ਪੱਧਰ ਕਬੱਡੀ ਕੱਪ ਹੋਵੇਗਾ ITI ਗਰਾਊਂਡ ਦੇ ਵਿੱਚ ਹਾਂਜੀ ਬਾਪੂ ਜੀ ਮਰਿਆ ਕੋ ਫਿਰ ਲਿਓ ਮਰਿਆ ਕੋ ਫਿਰ ਕੇ ਦਰਸ਼ਕ ਦੇਖ ਰਹੇ ਹੈ ਗੌਰਵ ਮਾਸ਼ੀ ਵਾਲੇ ਵਾਲਾ ਭੌਂਸੇ ਗੋਡਾ ਰੱਖਦਾ ਜਿਵੇਂ ਕਹਿੰਦੇ
ਪੰਜਾਬੀ ਬੋਲੀਆਂ ਦੀ ਵੀ ਚਰਚਾ ਚੱਲਦੀ ਹੈ ਕਿ ਮਾਈਆ ਆਪਣੀ ਮਾਂ ਸਮਝਾ ਲੈ ਬੋਲਣ ਦਾ ਉਹਨੂੰ ਢੰਗ ਸਿਖਾ ਲੈ ਨਵਜਾ ਕਰ ਦੂ ਬੰਦ ਮੈਂ ਬੁਰੀ ਕਰੂੰਗੀ ਉਹਨੇ ਕਦੀ ਭਾਈਆਂ ਦੀ ਗਾਲ ਨਾ ਸੱਸ ਗੋਡੇ ਥੱਲੇ ਲੈ ਲਈ ਪਰ ਗੋਡੇ ਥੱਲੇ ਢਾਉਣ ਆਈ ਹੋਈ ਹੈ ਇਹ ਗੋਡਾ ਮੇਰਾ ਗੋਡਾ ਕਹਿੰਦੇ ਵੀ ਗੌਰਵ ਮਾਛੀ ਵਾਲੇ ਵਾਲੇ ਦਾ ਢਾਉਣ ਕਿਹਦੀ ਆ ਹੈਡੋ ਦੀ ਆ ਲਓ ਬੱਲੇ 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 ਖੇਡ ਦੇ ਖਾਰੇ ਦੇ ਅੰਦਰ ਐਨ ਲੱਗਿਆ ਹੋਇਆ ਜੋਰ ਇਹਨਾਂ ਮੱਲਾਂ ਦੇ ਦਰਮਿਆਨ ਤੁਸੀਂ ਆਰ ਪਾਰ ਦੀ ਤੇ ਢਹਿ ਢਵਈਏ ਵੀ ਹੋ ਗਈ ਕਿ ਛਾਤੀ ਵਿੱਚ ਹੈ ਜਵਾਨੀ ਦਾ ਜੋਰ ਇਹਦਾ ਅਖਾੜਿਆਂ ਦੇ ਵਿੱਚ ਕਰਨ ਕਮਾਲ ਦੇਖੋ ਮਸਲ ਵੇਖੇ ਹੈ ਸਰੀਰਾਂ ਦੀ ਭੁੱਖ ਲੈਂਦੀ ਦੌਲੇ ਖੰਦੇ ਦੀ ਮਸਲਾਂ ਦੇ ਨਾਲ ਵੇਖੋ ਮੱਛੀ ਤਿਲਕਦੀ ਹੈ ਲਿਸ਼ਕ ਦੇ ਪਿੰਡਿਆਂ ਤੋਂ ਚਿਹਰੇ ਡਗਮਾਉਂਦੇ ਨਾਲ ਉਛਾਲ ਵੇਖੋ ਉਹ ਬੈਸਾਂ ਦੀ ਛਿੰਦਾ ਬੈਸਟ ਪਧਾਰ ਵਾਲਿਆ ਕਿਹੜਾ ਹੋ ਭਾਈ ਦਾ ਨਾਲ ਵੇਖੋ ਅੱਜ ਕਿਹੜਾ ਬੈਸਟ ਆ ਰਿਹਾ ਗੱਲ ਸਮੇਂ ਦੀ ਹੋਈ ਹੈ ਕਰਮ ਦੀ ਵੀ ਸ਼ੇਰ ਬਹਾਰੀ ਨਾ ਬਣਾਉਂਦੀ ਹਾਂਜੀ ਆਓ ਬਈ ਸੁਰਿੰਦਰ ਸਿੰਘ ਜੀ ਦੱਸੋ ਹਾਂਜੀ ਪੰਜ ਮਿੰਟ ਹੋਰ ਲਾਵੇ ਕੁਸ਼ਤੀ ਬਰਾਬਰ ਤਾੜੀ ਜ਼ੋਰਦਾਰ ਮਾਰਦੇ ਹੋਵੇ ਦੋਨਾਂ ਮੱਲਾਂ ਦੇ ਲਈ ਦੋਨਾਂ ਮੱਲਾਂ ਦੀ ਕੁਸ਼ਤੀ ਬਰਾਬਰ ਹੋਈ ਆ ਕਹਿੰਦੇ ਅਜੇ ਬਾਅਦ ਤੇ ਇਸ ਵੇਲੇ ਆਪਾਂ ਦੱਸਾਂਗੇ ਮੌਸਮ ਖਤਰੀ ਦੇ ਨਾਲ ਕੁਸ਼ਤੀ ਜਿਹੜੀ ਬਰਾਬਰ ਹੋ ਗਈ ਹੈ ਆਪੋ ਮੈਂ ਬੇਨਤੀ ਕਰਦਾ ਵੀ ਆਓ ਜਲਦੀ ਨਾਲ